easy go. ਸ਼ਖਸੀਅਤ ਦਾ ਤੇ ਨਾਲ ਹੀ ਪੂਰੀ ਆਰਗੇਨਾਈਜ਼ਿੰਗ ਕਮੇਟੀ ਦਾ ਧੰਨਵਾਦ ਹੈ ਜਿਹਨਾਂ ਨੇ ਪੱਟਾ ਬਰਾਲਾ ਕੀਤਾ ਕਾਸਕੋ ਗ੍ਰੀਡ ਦੇ ਲਈ। ਆਏ ਸਾਲ ਕਹਿੰਦੇ ਪੱਟਾ ਮੇਲਾ ਕਰਵਾਉਂਦੇ ਆ ਸ਼ਾਮ ਸ਼ੁਕਰੀ ਹੋਈ ਤੇ ਇੱਧਰ ਦੇਖਾਂਗੇ ਵੀ ਬਾਲ ਪੌਂਗੋ ਕਹਿੰਦੇ ਜੀਵਨਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਜਿਉਣੇ ਵਾਲੇ ਦੀ ਧਰਤੀ ਦਾ ਅਗਲੀ ਬਾਲ ਕਰਦਾ ਹੋਏ ਅਗਲੀ ਬਾਲ ਪੌਂਗੋ ਦੀ ਖੇਡ ਮੈਦਾਨ ਦੇ ਅੰਦਰ ਹੈ। ਤਗੜੀ ਬਾਲ ਹੈ ਕਹਿੰਦੇ ਪੌਂਗੋ ਦੀ ਖੇਡ ਮੈਦਾਨ ਦੇ ਅੰਦਰ ਸੁਰੇ ਦੀ ਬਾਲ ਆ ਪੌਂਗੋ ਦੀ ਬੰਗੋ ਦਰਸ਼ਕ ਵੀ ਜੌਣੇ ਬਾਲ ਦੀ ਧਰਤੀ ਦਾ ਤਗੜੀ ਬਾਲ ਕਰ ਰਿਹਾ ਆਪਣੀ ਟੀਮ ਦੇ ਲਈ। ਉਧਰ ਘੁੱਗੀ ਸ਼ਾਹਪੁਰ ਜੀ ਨੇ ਅਗਲੀ ਬਾਲ ਦਾ ਸਾਹਮਣਾ ਕਰਨਾ ਹੈ ਵੀ ਸ਼ਾਹਪੁਰੀ ਤਾਂ ਗੱਲ ਨੀ ਭਾਵੀ ਨੌਜਵਾਨ ਆ ਗੱਲ ਬਣਾਉਣੀ ਪੈਣੀ ਆ ਲਾ ਕੇ ਘਰ ਦੇ ਛੱਕੇ ਦੁਨੀਆ ਨਚਾਉਣੀ ਪੈਣੀ ਆ ਕਿ ਹੋਵੇ ਇੱਕ ਵਿੱਚ ਬਲ ਦੁਨੀਆ ਤਾਂ ਪੁੱਜਦੀ ਸਰਨਾਮਾ ਕਿ ਤਲਵਿੰਦਰ ਬਰਾੜ ਦੇ ਬਰਲੇ ਪੁੱਤ ਜੰਮਦੀ ਆ ਮਾਮਾ ਜੀਵਨ ਜੌਣੇ ਬਾਲ ਦੀ ਬੰਗੋ ਜਿਹੜੇ ਬਰਲੇ ਪੁੱਤ ਜੰਮਦੀ ਆ ਮਾਮਾ ਐਨ ਤਗੜੀ ਬਾਲ ਕਰ ਰਿਹਾ ਬੰਗੋ ਸ਼ਾਹਪੁਰੀ ਘੁੱਗੀ ਨੂੰ ਬਿਲਕੁਲ ਐਨ ਰੋਕ ਕੇ ਰੱਖਿਆ ਹੋਇਆ ਕਿੰਨੇ ਦਾ ਟਾਰਗੇਟ 60 ਹੋ ਗਿਆ ਦੁਨੀਆ ਅੰਦਾਜ਼ੇ ਲਾ ਰਹੀ ਹੈ ਵੀ 60 ਪਲੱਸ ਸਕੋਰ ਕਰਨੇ ਪੈਣੇ ਹੈ। ਅਗਲੀ ਵਾਰ ਬੰਗੂ ਦੀ ਤਗੜੀ ਬਾਲ ਹੈ ਬੰਗੂ ਐਨ ਸਿਰੇ ਦਾ ਓਵਰ ਮਾਰਿਆ ਸ਼ਾਹਪੁਰੀ ਅੱਜ ਟਰਾਈ ਕਰ ਰਿਹਾ ਛੱਕੇ ਦੀ ਪਰ ਨਾਕਾਮਯਾਬ ਹੈ। ਠੀਕ ਹੈ ਮੈਂ 9 ਸਟ੍ਰਾਈਕ ਗਿਣਤੀ ਆ ਸ਼ਾਹਪੁਰ ਦੀ ਧਰਤੀ ਦਾ ਸ਼ਾਮਸ਼ਪੁਰ ਦੇ ਵਿੱਚ ਪੱਟਾ ਮੇਲਾ ਕਰਵਾਇਆ ਤੇ ਅੱਜ ਕਹਿੰਦੇ ਤੀਜਾ ਕੁਆਟਰ ਫਾਈਨਲ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਅੰਦਰ ਚੱਲ ਰਿਹਾ। ਅਗਲੀ ਵਾਰ ਬੰਗੂ ਕਹਿੰਦੇ ਜਿਉਣੇ ਬਲ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਕਰਨ ਲਈ ਵਾਧਾ ਹੋਇਆ। ਤਗੜੀ ਬਾਲ ਪੌਂਗੋ ਦੀ ਅੰਪਾਇਰ ਦਾ ਫੈਸਲਾ ਵੀ ਵਿਕਟ ਦਾ ਬਦਲ ਹੋ ਚੁੱਕਿਆ ਹੈ। ਘੁੱਗੀ ਕਹਿੰਦੇ ਸ਼ਾਹਪੁਰ ਦੀ ਧਰਤੀ ਦਾ ਆਊਟ ਹੋ ਕੇ ਵਾਪਸ ਹੈ ਤੇ ਵੱਡਾ ਝਟਕਾ ਜਿਹੜਾ ਸ਼ਾਹਪੁਰ ਦੀ ਟੀਮ ਲੱਗਦਾ ਹੋਇਆ। ਅਗਲਾ ਬੈਟਸਮੈਨ ਦੀ ਬੇਨਤੀ ਆ ਜਲਦੀ ਨਾਲ ਬੁੱਝੇ ਅਗਲਾ ਬੈਟਸਮੈਨ ਜਲਦੀ ਨਾਲ ਬੁੱਝੇ ਮੇਰੀ ਬੇਨਤੀ ਹੈ। ਬਾਈ ਕਾ ਦੋ ਸ਼ੇਅਰ ਦਾ ਬਾਈ ਸਕੋਰ ਕਿੰਨੇ ਹੋ ਗਏ 26 ਸਾਹਿਲ ਕਹਿੰਦੇ ਖੇਡ ਮੈਦਾਨ ਦੇ ਅੰਦਰ ਸ਼ਾਹਪੁਰੀ ਅਗਲੀ ਬਾਲ ਦਾ ਸਾਹਮਣਾ ਕਰੇਗਾ। ਬਾਲ ਕਹਿੰਦੇ ਜੌੜੇ ਬਾਲ ਦਾ ਬੰਗੋ ਖੇਡ ਮੈਦਾਨ ਦੇ ਅੰਦਰ ਕਰਦਾ ਹੋਇਆ ਇੱਧਰ ਕਹਿੰਦੇ ਤਗੜੀ ਬਾਲ ਹੈ ਖੇਡ ਮੈਦਾਨ ਦੇ ਅੰਦਰ ਦੇ ਰਣ ਦੇਖਾਂਗੇ ਵੀ ਇੱਕ ਆਪਣੀ ਟੀਮ ਲਈ ਸਾਹਿਲ ਨੇ ਜੁੜ ਦਿੱਤਾ ਤੇ ਏਕ ਮਿੰਟ ਅਗਲੀ ਬਾਲ ਦਾ ਸਾਹਮਣਾ ਕਰਦਾ ਹੈ। ਅਗਲੀ ਬਾਲ ਕਹਿੰਦੇ ਬੰਗੋ ਦੀ ਖੇਡ ਮੈਦਾਨ ਦੇ ਅੰਦਰ ਹੈ ਤੇ ਉਧਰ ਦੇਖਾਂਗੇ ਵੀ ਸਾਹਮਣਾ ਇੱਕ ਵਾਰੀ ਕੀਤਾ ਅੰਪਾਇਰ ਦਾ ਫੈਸਲਾ ਨਾਟ ਆਊਟ ਹੈ ਸਕੋਰਾਂ ਦਾ ਲੇਖਾ ਦੁਖਾ ਜ਼ਰੂਰ ਦੱਸਿਆ ਜਾਵੇ ਜੀ।